स्पीकर राणा के पी सिंह ने श्री आनंदपुर साहिब के दसग्राई गांव के स्कूल में बन रहे नए कमरों का उद्घाटन किया। इस मौके पर विधानसभा स्पीकर ने कहा कि बच्चों को अच्छी शिक्षा देने और पढ़ने के लिए अच्छा वातावरण मुहैया करवाने के लिए प्रबंध किए जाएंगे। राणा के पी सिंह ने कहा कि दसग्राई के सरकारी स्कूल जो भी समस्याएँ उन्होंने बताई हैं उन्हें जल्द ही हल किया जाएगा ताकि बच्चों को अच्छी शिक्षा और सुरक्षित इमारत मिल सके। ਸਰਕਾਰੀ ਵਾਲੇ ਨੂੰ ਦੱਸ ਰਾਈ ਦਾ ਅੱਜ ਹੈ ਜਿਹਨਾਂ ਦੇ ਸੱਦੇ 'ਤੇ ਮੈਂ ਆਇਆ ਔਰ ਇਸ ਸਕੂਲ ਦੀਆਂ ਕੁਛ ਮੁਸ਼ਕਲਾਂ ਵੀ ਹੈ। ਖਾਸ ਤੌਰ 'ਤੇ ਇੱਥੇ ਵੀ ਮੈਨੂੰ ਦੱਸਿਆ ਗਿਆ ਕਿ ਕੁਛ ਕਮਰੇ ਜਿਹੜੇ ਹੈ ਉਹ ਅਨਸੇਫ ਡਿਕਲੇਅਰ ਹੋਏ ਹੈ। ਲੇਕਿਨ ਤੁਹਾਨੂੰ ਕਮਰੇ ਜਿਹੜੇ ਇਸਤੇਮਾਲ ਕੀਤੇ ਜਾ ਰਹੇ ਹੈ ਪੂਰੇ ਦੁਨੀਆ ਕਈ ਮੁਸ਼ਕਲਾਂ ਹੈ। ਸੋ ਬੁਨਿਆਦੀ ਤੌਰ 'ਤੇ ਤਾਂ ਅੱਜ ਦੇ ਆਉਣ ਦਾ ਮਕਸਦ ਜਿਹੜਾ ਹੈ ਸਾਰੇ ਮੁਸ਼ਕਲਾਂ ਨੂੰ ਦੇਖਣਾ ਹੈ। ਬਾਕੀ ਜੋ ਵੀ ਗੱਲ ਕਰਦੇ ਤਮਾਮ ਚੀਜ਼ਾਂ ਨੂੰ ਸੁਣ ਕੇ ਮੈਂ ਚਾਹੁੰਦਾ ਹਾਂ ਕਿ ਇਸ ਸਕੂਲ ਦੀ ਜਿਹੜੀ ਹਾਲਤ ਹੈ ਸੁਧਾਰੀ ਜਾਏ।